मेरे सही नहीं आवाज़। टेंट गार्ड से नहीं मंचन मन कतई ले ला भाई वो कसम है बड़ा सुने लगे नी बाल कसम है वैसे मुंह तो बजेरे लगे ना सुने लगे ਆ ਵੀ ਮਨ ਕਹਤਾ ਯਾ ਪੇਟ ਮੁੰਨ ਗਏ ਸਹੀ ਤਰ੍ਹਾਂ ਬਾਤ ਵਾਲ ਘਟਾ ਕੇ ਨਾ ਖਾਣ ਪੀਣ ਆਏ ਜੇ ਤੇ ਕੀ ਬਾਰ ਆਜੇ ਕੀ ਦਵਾ ਦਿੱਤਾ ਆਲੂ ਵਾਲੇ ਨਾਲ ਆਲੂ ਵਾਲੇ ਨਾਲ ਪਹਿਲੀ ਵਾਰੀ ਖਾ ਲੈਣਾ ਚੈੱਕ ਕਰਨਾ ਮਜ਼ਾ ਆ ਗਿਆ ਵਈ ਲੋ ਵਈ ਲੋ ਵਈ ਲੋ ਇਹਨੂੰ ਕਹਿੰਦੇ ਨੇ ਆਲੂ ਵਾਲਾ ਨਾਲ ਸੜ ਗਿਆ ਆਈ ਚਲੋ ਫੜੋ ਲੰਮਦਾ ਆ ਲੰਮਦਾ ਦੇ ਤੂੰ दो लगे ने दो नान एक नान खा लिया तो दूजा ला फिर मैं अंतिम टुकड़ा इंडिया वाले कहने अंतिम टुकड़ा मैनू आप ही बखरा किया मेरे अंतिम टुकड़ा मेरा मेरा भाइया रोटी शोटी खा के ना होटल तू ते बड़ा हां ते घर आ गया वेख्या ते अम्मी हुड़ी घर ही है नहीं क्योंकि भाई जहेब की शादी है तो उत्थे ओदे वास्ते कपड़े लैन वास्ते गए ने ते मेरे पैंट शर्ट मैं अम्मी कहा ही अम्मी के पैंट शर्ट लै दियो अम्मी पैंट शर्ट लैन गए ये लैन गए ते मैंने कहा ही कि तौला मार छड़ी मैं तौला मार छड़ी माशाल्लाह भैया मौसम चेक करो कितना प्यारा होया आज बाल दा दा फायदा कोई है वे दस भी नहीं वो तो टोपी टोपी ला टोपी टोपी सही गल टोपी ला उसे सोने लगते सही लगते नहीं सही मतलब बंदा भेडा भेड़ होते उत्ते भेड़ आने वाल होते बहुत सोने सोने लगते सही नहीं ठंड बड़ी है ना उंज क्या भेड़ आने वाल ला वहां नहीं यार बात क्यों सही है एक मिनट वो जी ओए अरे यार माशाल्लाह भैया मौसम सोना हो गया भैया चेक करो हले मौसम मैं जिदा वेखो हले मैं आ गया दिन दिन तो वेखो जान हुन भी लग पई मैं ता के दसना पे जान केड़ी छती हुन लग पई मगरब दी जान जो भी मगरब दी सही दिन ने ते जान हुन लग पई ठीक है उस्ताद जी चप्पा भैया नमाज पढ़ ली हुन जान ते होई नमाज पढ़ ली यार रात पै गई फिर हले भी मेरी मैं नमाज पढ़ के आया तो रो सही रात पै गई तो फिर हले मेरी अम्मी शॉपिंग करने गए तो जैन की अम्मी शॉपिंग करके जैन की लैके आई नवी जीती है मुबारक ढाई सौ मिठाई दो सौ की जीती है ढाई सौ मेरी अम्मी भी आ गई जब बस जैन मत मह नमा जल्दी कर मेरे ने ਐ ਕੋਟ ਉਹ ਗੁੱਡਾ ਕੋਟ ਹੀ ਆ ਮੇਰੀ ਸਿਹਤ ਵੇਖ ਕੇ ਤੇ ਮੇਰੀ ਸਿਹਤ ਵੇਖੋ ਤੇ ਕੋਟ ਵੇਖੋ ਉਹ ਆ ਕੇ ਤੇ ਚੈੱਕ ਲਾ ਉਹ ਪੂਰਾ ਹੀ ਹੋਏ ਮੋਟਾ ਨਹੀਂ ਹੋ ਗਿਆ ਬਸ ਠੀਕ ਹੋ ਕੇ ਚਾਹੀਏ ਆ ਜੇ ਭਾਈ ਸ਼ਰਟ ਹੋ ਫੇ ਮਾਸ਼ਾਅੱਲਾ ਚਿੱਟੀ ਸ਼ਰਟ ਤੂੰ ਐ ਪੈਂਟ ਉਹ ਪੂਰੀ ਘੈਂਟ ਲੱਗੇਗੀ ਬਰਾਤ ਨੂੰ ਭੈਣ ਦੇ ਕੱਪੜੇ ਵੇਖ ਕੇ ਜਾਂਦੇ ਆ ਵੇਖ ਕੇ ਵੇਖਣ ਜਾਂਦੇ ਆ ਭਾਈ ਆ ਵੇਨੇ ਸਹੀ ਦੇ ਤੇ ਸਹੀ ਨੇ ਤੇਰੇ ਸਹੀ ਮੇਰੇ ਵੀ ਅੰਜ ਦੇ ਕੋ ਕੋਟ ਕੋਟ ਕਿਹਦੇ ਆਂਦੇ ਕਿ ਨਹੀਂ ਕੋਟ ਨਹੀਂ ਆ ਨਹੀਂ ਲੈ ਮੈਂ ਪਾਣੇ ਨਹੀਂ ਮੇ ਸ਼ਰਲ ਸਹੀ ਮੋਟੀ ਹਾਂ ਚਲਾ ਵੇਖ ਜਲਦੀ ਚਲਿਓ ਜਲਦੀ ਜਲਦੀ ਵਾਹ ਮੈਨੂੰ ਚੈੱਕ ਕਰਾ ਜੇ ਓਏ ਗੱਲ ਤੇ ਸੋਨਾ ਜੇ ਤੇਰੇ ਸੋਨੇ ਹੈ ਫਿਰ ਮਿਟਾ ਲਈ ਠੀਕ ਮੇਰੇ ਤੇ ਨਾ ਪੈ ਉਹ ਨਹੀਂ ਓਏ ਨਹੀਂ ਕਹੀਦਾ ਸਾਹਿਬ ਤੇਰੇ ਛੋਟੇ ਹੋਣੇ ਅੱਲਾ ਦਾ ਸ਼ੁਕਰ ਘੜੀ ਦਾ ਤੇਰੇ ਛੋਟੇ ਹੋਣੇ ਆ ਛੋਟਾ ਹੋਣੇ ਤੇ ਤੇਨਾਂ ਸੂਟ ਚੇਂਗੇ ਮੈਂ ਢੇਰ ਲਾਣਾ ਸੂਟਾਂ ਦੇ ਪਤਾ ਨਹੀਂ ਪੂਰੇ ਨਹੀਂ ਆਉਣੇ ਪੂਰੇ ਨਹੀਂ ਆਣੇ ਤੂੰ ਦੇ ਸੜੀ ਮੈਂ ਬਲੌਗ ਸਾਹਮਣੇ ਆ ਸੁਹਾਣ ਪਾ ਲੇਗਾ ਭਰਾ ਪਾ ਲੇਗਾ ਭਰਾ ਨੂੰ ਵੀ ਨਹੀਂ ਪੂਰੇ ਆਣੇ ਤੇ ਆਪਾਂ ਵੱਡੇ ਹੋਣੇ ਨੇ ਵੱਡੇ ਆ ਤੂੰ ਉਹਦੇ ਜਿੱਡਾ ਲੋ ਭਾਈਆ ਰਾਤੀ ਬਲ ਪਈਆਂ ਜੇ ਲਾਟਾਂ ਫੇਰ ਅੱਜ ਲੈ ਉਹ ਜੀ ਉਹ ਕੋਲੀ ਮੈਂ ਚਿੱਟੀ ਤੂੰ ਕੋਲੀ ਉਹ ਬੂਟ ਤੇਰੇ ਹੈਵੀ ਹੋ ਜੀ ਮੈਂ ਤੈਨੂੰ ਕਹੀ ਮੇਰੇ ਵਾਂਗ ਲਿਆਈ ਯਾਰ ਮੈਂ ਕਸਮ ਤੇਰੇ ਵਾਂਗ ਪਤਾ ਨਹੀਂ ਲੱਗਦਾ ਕਿੰਜ ਦੇ ਤੇਰੀ ਸ਼ਰਟ ਬ੍ਰਾਂਡ ਤੇਰੀ ਸ਼ਰਟ ਹੋਏ ਤੇਰੀ ਸ਼ਰਟ ਉਹ ਕਿੱਥੇ ਹੈ ਸ਼ਰਟ ਪੂਰੀ ਕਾਲੀ ਸਹੀ ਗੱਲ ਬੜੀ ਸੁਣੀ ਉਹ ਬੁਆਇਜ਼ ਆਏ ਲਾਈਨ ਸਹੀ ਹੈ ਅਜੇ ਜਾਨ ਬੁਆਇਜ਼ ਉਹ ਮੈਨੂੰ ਤਾਂ ਕਸਮ ਕੁੜੀ ਹੈ ਸਹੀ ਗੱਲ ਮੈਨੂੰ ਨਹੀਂ ਪਤਾ ਤੂੰ ਕੋਈ ਗੱਲ ਸੀ ਲਿਖਿਆ ਨਾ ਮੈਂ ਬੰਨੇ ਹਾਂ ਕੁੜੀ ਨੂੰ ਬੁਆਇਆ ਜਾਵਾਂ ਅੱਛਾ ਆ ਤਾਂ ਆਈ ਆ ਮੈਂ ਤੇ ਪੜਿਆ ਮੈਨੂੰ ਤਾਂ ਪਤਾ ਲੱਗਿਆ ਨਹੀਂ ਮੈਨੂੰ ਲੱਗਾ ਹੀ ਕੁੜੀ ਹੈ ਤੂੰ ਸਾਰਿਆਂ ਨੇ ਮੈਨੂੰ ਜਿਹੜੀ ਸੀ ਪਸੰਦ ਆਈ ਇੱਕ ਸ਼ਰਟ
ਤੇ ਬੂਟ ਹੋਏ 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 ਮੈਂ ਵੀ ਪਸੰਦ ਆਈ ਹੈ ਮਗਰ ਉਹਨਾਂ ਦੀ ਵੱਖਰੀ ਕੁਆਲਿਟੀ ਹੋਏ ਮਾਸ਼ਾਅੱਲਾ ਬੂਟ ਹੈਵੀ ਯੂਨ ਪਾਏ ਲੈਂਦੇ ਨੇ ਪੂਰੀਆਂ ਕਿੱਟਾਂ ਪੂਰੀਆਂ ਕਿੱਟਾਂ ਹੋਏ 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 ਚੰਗੀ ਠੰਡ ਮੇਰਾ ਦਿਲ ਹੀ ਨੀ ਕਰਦਾ ਸਹੀ ਗੱਲ ਬਾਹਰ ਨਿਕਲਣ ਦਾ ਭਾਈ ਮੈਂ ਇੱਥੇ ਵੀ ਲੋਕ ਨੂੰ ਕਰਨਾ ਵਾ ਤੇ ਮੈਂ ਉੱਥੇ ਸਹੀ ਗੱਲ ਉੱਥੇ ਜਲਦੀ ਜਲਦੀ ਆ ਗਿਆ ਮੈਨੂੰ ਠੰਡ ਹੀ ਬੜੀ ਲੱਗਦੀ ਪਤਾ ਨੀ ਕੰਬਣੀ ਕੀ ਹੋ ਗਿਆ ਭਾਈ ਮੇਰਾ ਛੋਟਾ ਜਿਹਾ ਵਲੋਗ ਉਮੀਦ ਕਰਨਾ ਤੈਨੂੰ ਚੰਗਾ ਲੱਗਿਆ ਚੰਗਾ ਲੱਗ ਲਾਈਕ ਕਰਦਾ ਸ਼ੇਅਰ ਕਰਦੇ ਦੋਸਤਾਂ ਨਾਲ ਚੈਨਲ ਸਬਸਕ੍ਰਾਈਬ ਕਰ ਦਿਓ ਅੱਲਾ ਹਾਫਿਜ਼ ਸਹੀ ਗੱਲ ਚੰਗੀ ਠੰਡ ਸਬਸਕ੍ਰਾਈਬ ਕਰ ਦਿਓ ਅੱਲਾ ਹਾਫਿਜ਼।